ਇੱਥੋਂ ਲੈਣ ਲੱਗੇ ਹਾਂ ਜੀ ਬਦਾਨਾ ਅਤੇ ਨਮਕ ਪਾ ਰਹੇ। ਮੈਂ ਜਾ ਰਿਹਾ ਜੀ ਉੱਤੇ, ਦੇਖ ਰਿਹਾ ਸੀ ਚੂਜ਼ੀਆਂ ਨੂੰ, ਪਤਾ ਨਹੀਂ ਬਿੱਲੀ ਆਈ ਹੈ ਕੀ ਆ, ਕੀ ਚੀਜ਼ ਸੀਗੀ। ਅਯਾਨ ਕਿਆ ਕਰ ਰਹੇ ਹੋ ਹੈਂ? ਮਾਮੀ ਦੋ ਹੈਗੇ ਮੁਰਗੇ, ਇੱਕ ਮੁਰਗੀ ਆ ਤੇ ਆਪਸ ਵਿੱਚ ਨਾ ਲੜ ਰਹੇ ਸੀਗੇ। ਮੈਂ ਕਿਹਾ ਪਤਾ ਨੀ ਬਿੱਲੀ ਪੈ ਗਈ, ਅਸੀਂ ਭੱਜੇ, ਮੈਂ ਕਿਹਾ ਪਤਾ ਨੀ ਬਿੱਲੀ ਲੈ ਗਈ ਭਾਵੇਂ। ਬਿਲਾਲ ਨੇ ਦੌੜਾਂ ਲਾਈਆਂ, ਜੁੱਤੀ ਹੱਥ 'ਚ ਬਿਲਾਲ ਦੀ ਸੀ। ਇਹਨਾਂ ਦਾ ਬਾਜਰਾ ਖਤਮ ਹੋ ਗਿਆ, ਇਹਨਾਂ ਵਾਸਤੇ ਬਾਜਰਾ ਲੈ ਕੇ ਆਉਣਾ। ਸਾਰੇ ਤੋਤਿਆਂ ਤੋਂ ਡਰਦੇ ਆ, ਦਾਣਾ ਪਾਣੀ ਮੈਂ ਹੀ ਪਾਉਣਾ ਹੋਣਾ, ਦੇਖ ਰੋਟੀ ਖਾਂਦੇ ਆ ਮਾਸ਼ਾਅੱਲਾ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਮੈਂ ਆ ਤੁਹਾਡੀ ਭੈਣ ਪੰਜਾਬੀ ਪਠਾਣੀ, ਤੁਸੀਂ ਦੇਖ ਰਹੇ ਮੇਰੇ ਯੂਟਿਊਬ ਚੈਨਲ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਆਇਸ਼ਾ ਵੱਲੋਂ। ਇਹ ਜਿਹੜਾ ਬਿੱਲਾ ਵਾ, ਇਹ ਅਚਾਨਕ ਹਮਲਾ ਕਰਦਾ ਇਹਨਾਂ ਤੇ, ਰਹਿੰਦਾ ਉਹ ਇੱਥੇ ਹੀ ਆ। ਹਾਂ, ਆਪਣੇ ਸਿਲੰਗ ਦੇ ਵਿੱਚ ਰਹਿੰਦਾ ਵਾ। ਅੱਛਾ, ਹਾਂ, ਇਸ ਕਮਰੇ ਦਾ ਸਿਲੰਗ ਨਹੀਂ, ਉਹਦੇ ਵਿੱਚ ਰਹਿੰਦਾ। ਖੁੱਡਾ ਵੀ ਟੁੱਟ ਗਿਆ ਵਾ। ਹਾਂ, ਆ ਦੇ ਸਾਰਾ ਕੁਝ। ਵੈਸੇ ਵੀ ਕਾਫੀ ਕਮੈਂਟ ਆਉਂਦੇ ਆ, ਫੋਨ ਵੀ ਆਉਂਦੇ, ਕਹਿੰਦੇ ਤੁਹਾਡੇ ਨਾ ਦੂਸਰਾ ਪਿੰਜਰਾ ਜਿਹੜਾ ਵਾ ਨਾ ਛੋਟਾ ਵਾ। ਸਾਨੂੰ ਵੀ ਇਸ ਚੀਜ਼ ਦਾ ਪਤਾ ਵਾ ਵੀ ਪਿੰਜਰਾ ਛੋਟਾ ਵਾ, ਲੇਕਿਨ ਹਜੇ ਕੋਈ ਸਿਸਟਮ ਨਹੀਂ ਹੋ ਰਿਹਾ, ਕੀ ਕਰੇ ਬੰਦਾ। ਤੇ ਅਸੀਂ ਇਨਸ਼ਾਅੱਲਾ ਜਲਦੀ ਲਵਾਂਗੇ ਵੱਡਾ ਵੀ। ਹਾਂਜੀ, ਅਸੀਂ ਵੈਸੇ ਪੁੱਛ ਕੇ ਆਏ ਸੀਗੇ, ਕਾਫੀ ਰੇਟ ਖੁੱਡੇ ਆ, ਰੇਟ ਬਹੁਤ ਜ਼ਿਆਦਾ ਵਾ, ਤੇ ਇਸ ਕਰਕੇ ਨਾ ਫਿਰ ਹੁਣ ਅਸੀਂ ਰੰਗ ਰੁੰਗ ਕੀਤਾ, ਉਹ ਵੀ ਕੁਛ ਉਧਾਰ ਸੁਧਾਰ ਰੰਗ ਲਿਆ ਸੀਗਾ ਤੇ ਕੁਛ ਨਗਦ ਦਿੱਤੇ ਸੀਗੇ। ਤੇ ਬਸ ਇਸ ਕਰਕੇ ਨਾ ਹਜੇ ਵੀ ਥੋੜ੍ਹੇ ਜਿਹੇ ਪੈਸੇ ਰੰਗ ਵਾਲੇ ਦੇ ਭਾਈ ਦੇ ਰਹਿੰਦੇ ਆ। ਤੇ ਘਰ ਵਿੱਚ ਨਾ ਕਾਫੀ ਸਾਰਾ ਖਰਾਬ ਹੋ ਗਿਆ, ਤੇ ਇਸ ਵਜ੍ਹਾ ਤੋਂ ਨਾ ਵੀ ਹਾਲਾਤ ਥੋੜ੍ਹੇ ਨੀਚੇ ਨੂੰ ਆ ਗਏ। ਮੈਂ ਵੈਸੇ ਇਹ ਚੀਜ਼ਾਂ ਦੱਸਦੀ ਨਹੀਂ ਹੈਗੀ ਵੀਡੀਓ ਦੇ ਵਿੱਚ, ਕਈ ਤੁਸੀਂ ਮੇਰੀ ਵੀਡੀਓ ਦੇਖੀਆਂ ਹੋਣੀਆਂ, ਇਹ ਚੀਜ਼ ਮੈਂ ਬਿਲਕੁਲ ਸ਼ੇਅਰ ਨਹੀਂ ਕਰਦੀ। ਲੇਕਿਨ ਫਿਰ ਕਾਫੀ ਜ਼ਿਆਦਾ ਕਮੈਂਟ ਆਏ, ਤੇ ਇਸ ਕਰਕੇ ਮੈਂ ਕਿਹਾ ਵੀ ਇਨਸਾਨ ਦੇ ਹਾਲਾਤ ਜਿਹੜੇ ਹੈਗੇ ਨਾ ਉਹ ਪਤਾ ਨਹੀਂ ਚੱਲਦਾ, ਕਦੀ ਉੱਪਰ ਤੇ ਕਦੀ ਨੀਚੇ ਆ ਜਾਂਦੇ ਆ ਬੰਦੇ। ਚੈਨਲ ਵੀ ਮੇਰਾ ਸਾਰਿਆਂ ਨੂੰ ਪਤਾ ਵਾ ਵੀ ਮੇਰਾ ਅੱਛਾ ਨਹੀਂ ਚੱਲ ਰਿਹਾ ਵਾ, ਤੇ ਇਨਸ਼ਾਅੱਲਾਹ ਕਹਿੰਦੇ ਹਾਂ ਸਬਰ ਰੱਖਣਾ ਚਾਹੀਦਾ ਵਾ, ਤੇ ਸਬਰ ਦਾ ਫਲ ਜਿਹੜਾ ਵਾ ਨਾ ਮਿੱਠਾ ਹੁੰਦਾ ਵਾ, ਤੇ ਕਦੀ ਨਾ ਕਦੀ ਤੇ ਸਾਡਾ ਵੀ ਚੈਨਲ ਗਰੋਥ ਕਰੇਗਾ ਇਨਸ਼ਾਅੱਲਾਹ, ਅੱਲਾਹ ਖੈਰ ਕਰੇਗਾ ਇਨਸ਼ਾਅੱਲਾਹ। ਤੇ ਚੈਨਲ ਅਸੀਂ ਕਹਿੰਦੇ ਹਾਂ ਵੀ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਆ, ਅੱਗੇ ਅੱਗੇ ਮੇਰਾ ਚੈਨਲ ਸ਼ੇਅਰ ਕਰੇ, ਲਾਈਕ ਕਰੇ, ਕਿਉਂਕਿ ਮੇਰਾ ਚੈਨਲ ਅੱਛਾ ਚੱਲੇ ਤੇ ਫਿਰ ਘਰ ਬਿਹਤਰ ਹੋ ਜਾਂਦੇ ਆ। ਅਯਾਨ ਵੇਲੇ ਟੁੱਕਾ ਲੈ ਦਿੰਦੇ ਦੋ, ਅਯਾਨ ਨੂੰ ਇੰਨੀ ਖਾਂਸੀ ਆ ਨਾ, ਗਲਾ ਬਿਲਕੁਲ ਹੀ ਬੈਠਾ ਵਾ।
ਅੱਲਾ ਖੈਰ ਰੱਖੇ, ਕਿਸੇ ਦਿਨ ਨਾ ਮੈਂ ਸਾਰੀ ਸਫਾਈ ਕਰਾਂਗੀ। ਅੱਜ ਤਾਂ ਬਸ ਮਹਿਮਾਨ ਆ ਕੁਛ ਘਰ ਦੇ ਵਿੱਚ, ਅਤੇ ਮੈਂ ਕਿਹਾ ਚੱਲ ਅੱਜ ਜਿਹੜੀ ਹੁੰਦੀ ਆ ਨਾ ਉਹ ਕਰ ਲਈ। ਅਸੀਂ ਨਾ ਚੱਲੇ ਹਾਂ ਹੁਣ ਬਾਜ਼ਾਰ ਨੂੰ, ਬਾਜ਼ਾਰੋਂ ਨਾ ਕੋਈ ਚੀਜ਼ ਲੈ ਕੇ ਆਉਂਦੇ ਹਾਂ। ਅਤੇ ਮੈਂ ਕਿਹਾ ਕੋਈ ਨਾ, ਪਹਿਲੇ ਤਾਂ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਸਭ ਨੂੰ ਬਾਰਾ ਰਜੀਅਲ ਬਹੁਤ ਬਹੁਤ ਮੁਬਾਰਕ ਹੋ। ਅਤੇ ਮੈਂ ਕਿਹਾ ਕੋਈ ਨਾ ਕੋਈ ਚੀਜ਼ ਲੈ ਕੇ ਆਈਏ। ਵੈਸੇ ਤਾਂ ਕਈ ਲੋਕ ਚਾਵਲ ਹਰ ਚੀਜ਼ ਵੰਡਦੇ ਆ, ਲੇਕਿਨ ਅਸੀਂ ਬਾਜ਼ਾਰ ਚੱਲੇ ਹਾਂ, ਦੇਖਦੇ ਹਾਂ ਜਿਹੜੀ ਚੀਜ਼ ਸਹੀ ਲੱਗੀ ਉਹ ਲੈ ਲਵਾਂਗੇ। ਚਲੋ, ਅਤੇ ਬਿਲਾਲ ਦੇ ਪੁੱਖੋ ਜਿਹੜੀਆਂ ਹੈਗੀਆਂ ਨਾ ਤਿੰਨੇ ਹਜੇ ਇੱਥੇ ਹੈਗੇ ਆ, ਉਹ ਘਰ ਆ, ਅਤੇ ਮੈਂ ਸਾਰਾ ਮੈਂ ਤਾਂ ਬਾਜ਼ਾਰ ਚੱਲ ਜਾਊਂਗੀ। ਅਤੇ ਬਬਲੀ ਜਿਹੜੀ ਆ ਨਾ ਉਹ ਵੀ ਉੱਠ ਗਈ ਆ। ਮੈਨੂੰ ਨਾ ਕਮੈਂਟ ਬਾਰ ਬਾਰ ਇੱਕ ਕਮੈਂਟ ਕਰਦੇ ਆ, ਤੈਨੂੰ ਕੋਈ ਵੀਡੀਓ ਨਹੀਂ ਲੱਭਦੀ, ਕੋਈ ਇਸ ਤਰ੍ਹਾਂ ਨਹੀਂ। ਲੇਕਿਨ ਕਹਿੰਦੇ ਆ ਜਦੋਂ ਇਨਸਾਨ ਮੇਰੀ ਵੀਡੀਓ, ਸਭ ਮੈਨੂੰ ਕਹਿੰਦੇ ਆ ਵੀ ਤੇਰੀ ਵੀਡੀਓ ਬਹੁਤ ਅੱਛੀਆਂ ਹੁੰਦੀਆਂ, ਅਤੇ ਉਹ ਇੱਕ ਹੀ ਕਮੈਂਟ ਆ ਜਿਹੜਾ ਮੈਨੂੰ ਬਾਰ ਬਾਰ ਆਉਂਦਾ ਵਾ। ਅਤੇ ਲੇਕਿਨ ਮੇਰੀ ਵੀਡੀਓ ਉਹਨੂੰ ਨਹੀਂ ਚੰਗੀ ਲੱਗਦੀ, ਨਹੀਂ ਹੈ ਜ਼ਰੂਰੀ ਨਹੀਂ ਮੈਂ ਉਹਨੂੰ ਕਹਿੰਦੀ ਵੀ ਤੁਸੀਂ ਮੇਰੀ ਵੀਡੀਓ ਦੇਖਿਆ ਕਰੋ। ਕਿਉਂ ਸਾਡੇ ਮੀਆਂ ਬੀਬੀ ਦਾ ਆਪਸ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਜਾਂ ਆਪਸ ਵਿੱਚ ਅਸੀਂ ਹਾਸਾ ਮਜ਼ਾਕ ਕਰਦੇ ਹਾਂ ਉਦੋਂ ਉਹਨਾਂ ਦਾ ਕਮੈਂਟ ਆਉਂਦਾ ਵਾ, ਅਤੇ ਪਤਾ ਨਹੀਂ ਉਹਨਾਂ ਦੀ ਕੀ ਜੈਲਸ ਆ ਸਾਡੇ ਨਾਲ। ਅਤੇ ਪਰਸੋਂ ਵੀ ਕਾਫੀ ਕਮੈਂਟ ਆਏ ਸੀ ਉਹਨੇ, ਇੱਕ ਕਮੈਂਟ ਉਹਨਾਂ ਦਾ ਸੀਗਾ ਅਤੇ ਬਾਰ ਬਾਰ ਉਹਨਾਂ ਨੇ ਕੀਤਾ ਸੀਗਾ, ਅਤੇ ਰਾਤੀ ਵੀ ਉਹਨਾਂ ਦਾ ਕਮੈਂਟ ਆਇਆ ਸੀਗਾ। ਪਤਾ ਨਹੀਂ ਕੌਣ ਆ, ਅੱਲਾ ਤਾਲਾ ਨੇ ਖਦਾ ਦੇਵੇ, ਮੈਂ ਤਾਂ ਇਹੀ ਕਹਾਂਗੀ, ਲੇਕਿਨ ਜੈਲਸ ਨਾ ਹੋਇਆ ਕਰੋ। ਅਤੇ ਇਹ ਮੀਆਂ ਬੀਬੀ ਦਾ ਇੱਕ ਰਿਸ਼ਤਾ ਇੱਦਾਂ ਦਾ ਹੁੰਦਾ ਵਾ, ਚਾਹੇ ਉਹ ਹਾਸਾ ਮਜ਼ਾਕ ਕਰੇ, ਚਾਹੇ ਉਹ ਜਿਸ ਤਰ੍ਹਾਂ ਮਰਜ਼ੀ ਰਹੇ, ਮੈਨੂੰ ਕਾਫੀ ਪਿਆਰ ਮਿਲਦਾ ਵਾ, ਇੱਜ਼ਤ ਮਿਲਦੀ ਆ ਤੁਹਾਡੇ ਇੱਕ ਕਮੈਂਟ ਨਾਲ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਜੇ ਅੱਛੇ ਕਮੈਂਟ ਨਹੀਂ ਕਰ ਸਕਦੇ ਨੇ ਤਾਂ ਬੁਰੇ ਵੀ ਨਾ ਕਰਿਆ ਕਰੋ। ਚਲੇ, ਹਾਂ ਚਲੋ ਚਲੋ। ਕਹਿੰਦੇ ਆ ਤੈਨੂੰ ਹੋਰ ਕੋਈ ਵੀਡੀਓ ਨਹੀਂ ਹੁਣ ਮਿਲਦੀ, ਤੂੰ ਬਬਲੀ ਨੂੰ ਦਿਖਾਉਂਦੀ ਆ, ਇਹ ਸਾਡੇ ਇੱਕ ਘਰ ਦਾ ਹਿੱਸਾ ਬਣ ਚੁੱਕਿਆ ਵਾ, ਅਤੇ ਇਹ ਨਾ ਅਸੀਂ ਇਹਨੂੰ ਜਿਸ ਤਰ੍ਹਾਂ ਪਿਆਰ ਮੁਹੱਬਤ ਅਸੀਂ ਕਰਦੇ ਹਾਂ ਨਾ, ਹਾਲਾਂਕਿ ਇਹ ਪਹਿਲੇ ਦਿਨ ਤੂੰ ਮਾਂ ਤੂੰ ਅਲੱਗ ਜੁਦਾ ਹੋ ਜਾਂਦੇ ਆ, ਇਹ ਜਿਹੜੇ ਛੋਟੇ ਕੱਟੀਆਂ ਜਾਂ ਕੱਟੇ ਹੁੰਦੇ ਆ ਜਿਹੜੇ ਫਾਰਮ ਵਾਲੇ ਹੁੰਦੇ ਆ ਨਾ, ਇਹ ਪਹਿਲੇ ਦਿਨ ਤੂੰ ਜੁਦਾ ਕਰ ਲੈਂਦੇ ਆ। ਅਸੀਂ ਤਾਂ ਇਸ ਕਰਕੇ ਇੱਕ ਸਾਨੂੰ ਵੈਸੇ ਜਾਨਵਰਾਂ ਨਾਲ ਪਿਆਰ ਹੀ ਬਹੁਤ ਆ ਸਾਨੂੰ ਦੋਨਾਂ ਮੀਆਂ ਬੀਬੀਆਂ, ਅਤੇ ਅਸੀਂ ਕਹਿੰਦੇ ਹਾਂ ਚਲੋ ਅਸੀਂ ਇਹਨੂੰ ਪਾਲ ਲਵਾਂਗੇ, ਅਤੇ ਇਹਨੂੰ ਮਾਂ ਦਾ
ਪਿਆਰ ਜਿਹੜਾ ਵਾ ਨਾ ਉਹਦੀ ਅਸੀਂ ਕਮੀ ਨਹੀਂ ਮਹਿਸੂਸ ਹੋਣ ਦੇਵਾਂਗੇ। ਇਹ ਦੇਖ ਕਿੰਨਾ ਸਾਡੇ ਨਾਲ ਲਾਡ ਪਿਆਰ ਕਰਦੀ ਆ, ਸਾਨੂੰ ਪਤਾ ਕਿ ਕਹਿੰਦੇ ਆ ਵੀ ਤੁਸੀਂ ਬਬਲੀ ਨੂੰ ਵਾਰ ਵਾਰ ਦਿਖਾਉਂਦੇ ਹਾਂ, ਇਹਨੂੰ ਨਾ ਦਿਖਾਵਾਂਗੇ ਤਾਂ ਅਸੀਂ ਫਿਰ ਕਿਹਨੂੰ ਦਿਖਾਵਾਂਗੇ। ਬਿਲਾਲ ਹੋ ਗਿਆ, ਰੇਹਾਨ ਹੋ ਗਿਆ, ਬਬਲੀ ਸਾਡੀ ਹੋ ਗਈ, ਬਬਲੀ ਤਾਂ ਲਾਜ਼ਮੀ ਆ। ਹਾਂਜੀ, ਕਿਉਂ ਬਬਲੀ ਹੁਣ ਸਾਨੂੰ ਦੇਖ ਕੇ ਨਾ ਦੋਨਾਂ ਨੂੰ, ਇਹ ਪਹਿਲੇ ਬੈਠੀ ਸੀ ਉੱਠ ਕੇ ਖੜੀ ਹੋ ਗਈ ਆ, ਅਤੇ ਉਹਨੂੰ ਜਦੋਂ ਅਸੀਂ ਇਹਨੂੰ ਨਾ ਅੰਦਰ ਲੈ ਕੇ ਜਾਂਦੇ ਹਾਂ ਨਾ, ਅਤੇ ਬਾਹਰ ਅਸੀਂ ਕੁਰਸੀਆਂ ਡਾਈਆਂ ਹੁੰਦੀਆਂ, ਅਸੀਂ ਬੈਠੇ ਹੁੰਦੇ ਹਾਂ, ਅਤੇ ਮੇਰੇ ਨਾਲ ਇਕੱਲੀ ਜਾਂ ਮੈਂ ਲੈ ਕੇ ਜਾਵਾਂ ਤਾਂ ਮੇਰੇ ਨਾਲ ਨਹੀਂ ਜਾਂਦੀ, ਅਤੇ ਵਈਦ ਨੂੰ ਕਹਿੰਦੀ ਹੈ ਵੀ ਤੁਸੀਂ ਉੱਠ ਕੇ ਅੰਦਰ ਜਾਓਗੇ ਅਤੇ ਫਿਰ ਮੈਂ ਅੰਦਰ ਜਾਣਾ ਵਾ, ਅਤੇ ਫਿਰ ਅਸੀਂ ਦੋਨੇ ਜਾਣੇ ਇਹਨੂੰ ਅੰਦਰ ਲੈ ਕੇ ਜਾਂਦੇ, ਮੇਰੇ ਨਾਲ ਪਿਆਰ ਮੁਹੱਬਤ ਕਰਦੇ ਹਾਂ ਨਾ, ਤੁਹਾਡੇ ਨਾਲ ਬਹੁਤਾ ਕਰਦੇ। ਸੁਬਹਾ ਦੁੱਧ ਨਹੀਂ ਸੀ, ਦੁੱਧ ਖਤਮ ਹੋਇਆ ਸੀ, ਇਹਨੂੰ ਮੈਂ ਪਿਲਾ ਦਿੱਤਾ ਸੀਗਾ, ਇਹਨੂੰ ਮੈਂ ਪਿਲਾ ਦਿੱਤਾ ਸੀਗਾ, ਲੇਕਿਨ ਚਾਹ ਵਾਸਤੇ ਨਾ ਦੁੱਧ ਖਤਮ ਹੋਇਆ ਸੀ, ਅਤੇ ਮੈਂ ਕਿਹਾ ਪਹਿਲੇ ਇਹਨੂੰ ਪਿਲਾ ਦੇਵਾਂ ਦੁੱਧ, ਅਸੀਂ ਤਾਂ ਚਾਏ ਜਿਹੜੀ ਆ ਨਾ ਬਾਅਦ 'ਚ ਵੀ ਪੀ ਲਵਾਂਗੇ, ਅਤੇ ਵੇਟ ਗਿਆ ਵਾ ਦੁੱਧ ਲੈਣ, ਅਤੇ ਨਾ ਮੈਂ ਬਾਹਰ ਇਹਨੂੰ ਕੱਢਿਆ ਅਤੇ ਇੱਧਰ ਪਹਿਲੇ ਉਹਦੇ ਮਗਰ ਭੱਜੀ, ਉਸ ਤੋਂ ਬਾਅਦ ਫਿਰ ਭੱਜ ਕੇ ਆਈ ਮੇਰੇ ਕੋਲ ਵੀ ਮੈਨੂੰ ਛੱਡ ਕੇ ਚੱਲ ਗਏ ਆ, ਮੈਨੂੰ ਇੱਥੇ ਹੁਣ ਤੂੰ ਹੀ ਨਜ਼ਰ ਆਉਂਦੀ ਆ। ਇੱਥੋਂ ਲੈਣ ਲੱਗੇ ਹਾਂ ਜੀ ਬਦਾਨਾ, ਅਤੇ ਨਮਕ ਪਾਰੇ ਲਵਾਂਗੇ,
ਇੱਥੇ ਦੇਖਦੇ ਹਾਂ ਜੀ ਬੱਚੇ, ਅਤੇ ਬੱਚਿਆਂ ਨੂੰ ਅੱਗੇ ਲਿਆਉਂਦੇ ਸੀ ਚੀਜ਼ ਬਦਾਨਾ ਜੇ ਉਹ ਵੰਡਾਂਗੇ। ਮੈਂ ਕਿਹਾ ਪਹਿਲੇ ਬੱਚੇ ਇਕੱਠੇ ਕਰ ਲਈਏ, ਬੱਚਿਆਂ ਨੂੰ ਕਹਿਤਾ ਜੀ ਬੱਚੇ ਜਾ ਰਹੇ ਆ ਭੱਜ ਕੇ, ਅਤੇ ਮੈਂ ਕਿਹਾ ਆਪਣਾ ਆਪਣਾ ਹਿੱਸਾ ਲੈ ਲਓ। ਬੱਚੇ ਇਕੱਠੇ ਹੋ ਗਏ ਆ, ਆ ਜਾਓ ਆ ਜਾਓ ਆ ਜਾਓ ਆ ਜਾਓ, ਉਹ ਸਾਰਿਆਂ ਨੂੰ ਸੱਦ ਲਿਆ, ਉਹਨੂੰ ਵੀ ਸੱਦ ਲਿਆ, ਆ ਜਾ ਬੱਚੀ ਨੂੰ ਦੇ। ਆ ਗਿਆ ਜੀ ਸਾਡੇ ਗਲੀ ਦਾ ਡੌਨ ਮਾਨਾ ਸੇਠ, ਬਸ ਇਹੀ ਸੀਗੇ। ਨਿਮਕ ਪਾਰੇ ਜਿਹੜੇ ਆ ਨਾ ਮੈਨੂੰ ਬੜੇ ਪਸੰਦ ਆ, ਮੈਂ ਕਿਹਾ ਮੈਂ ਵੀ ਖਾ ਕੇ ਦੇਖ ਲਵਾਂ ਕਿੱਦਾਂ ਵਾ। ਤਾਜ਼ੀ ਨਿਮਕ ਪਾਰੇ ਆ, ਤਾਜ਼ੀ ਮਿਲਦੀ ਆ, ਬਦਾਨਾ। ਇਹ ਅਸੀਂ ਪਿਛਲੇ ਜ਼ਮਾਨੇ 'ਚ ਫਿਰਦੇ ਹਾਂ, ਪੁਰਾਣੇ ਜ਼ਮਾਨੇ 'ਚ, ਪਿਛਲੇ ਜ਼ਮਾਨੇ ਵੀ ਕਹਿੰਦੀ ਹਾਂ, ਪੁਰਾਣੇ ਜ਼ਮਾਨੇ 'ਚ ਬੂੰਦੀ ਬੂੰਦੀ ਕਹਾਂਗੇ। ਅੱਛਾ ਨਾ ਹਲੋ, ਕਹਿੰਦੇ ਆ ਇਹਦੇ ਨਾਲ ਪਿਆਰ ਵੱਧਦਾ ਵਾ। ਬਿਸਮਿਲ੍ਲਾ, ਤੇ ਲੋਕੀ ਸੜਦੇ ਬਹੁਤ ਆ ਸਾਨੂੰ, ਮੈਨੂੰ ਤੈਨੂੰ ਦੇਖ ਕੇ। ਉਹ ਸੜੀ ਜਾਣ ਤਾਂ ਵੀ ਜ਼ਿੰਦਗੀ ਲੰਘ ਜਾਣੀ ਹੈ, ਜੇ ਨਾ ਸੜਨ ਤਾਂ ਵੀ ਲੰਘ ਜਾਣੀ ਹੈ। ਅੱਲਾ ਵਾਰਸ ਆ, ਜੀ ਬੱਚਿਆਂ ਨੂੰ ਨਾ ਮੈਂ ਇੱਥੇ ਵੰਡ ਦਿੱਤੀ, ਬੱਚੇ ਸੀਗੇ ਥੋੜ੍ਹੇ, ਅਤੇ ਮੈਂ ਆ ਜਿਹੜੇ ਨਾਲ ਨਾਲ ਹਮਸਾਏ ਆ ਨਾ ਉਹਨਾਂ ਦੇ ਘਰਾਂ 'ਚ, ਮੈਂ ਕਿਹਾ ਚੱਲ ਦੇ ਕੇ ਆ ਜਾਂਦੀ। ਇਹ ਤਾਂ ਤਾਲਾ ਲੱਗਾ ਵਾ, ਅਗਲੇ ਘਰਾਂ 'ਚ ਚੱਲ ਜਾ। ਇਹਨਾਂ ਦੇ ਨਾਲ ਤਾਂ ਸਾਡਾ ਬਿਲਾਲ ਗਿਆ ਵਾ ਅੱਜ। ਹਾਂ, ਸਾਡਾ ਬਿਲਾਲ ਵੀ ਇਹਨਾਂ ਨਾਲ ਚਲ ਗਿਆ ਜੀ, ਪਤਾ ਨਹੀਂ ਗਿਆ ਕਿੱਧਰ ਆ। ਬਿਲਾਲ ਨੂੰ ਰੋਕਿਆ ਬਹੁਤ ਸੀ, ਮੈਂ ਕਿਹਾ ਨਾ ਜਾ, ਲੇਕਿਨ ਚਲਾ ਗਿਆ। ਹਾਂ, ਉੱਥੇ ਜਿਹੜਾ ਦੂਸਰਾ ਤੰਬੂ ਨਹੀਂ ਸੀ ਲੱਗੇ, ਉੱਥੇ ਮੈਂ ਦੂਸਰਾ ਮਿਲਾਦ ਹੋਣਾ, ਉੱਥੇ ਮਿਲਾਦ ਹੋਣਾ ਨਾ, ਤੇ ਦੂਸਰਾ ਰਾਤੀ ਵੀ ਉਹੀ ਬਾਜ਼ਾਰ ਉਹਨਾਂ ਨੇ ਸਜਾਇਆ ਸੀਗਾ, ਅੱਜ ਤਾਂ ਬਹੁਤਾ ਹੀ ਸਜਿਆ ਹੋਣਾ ਬਾਜ਼ਾਰ। ਅੱਜ ਸ਼ਾਮ ਨੂੰ ਅੱਲਾ ਕਰਕੇ ਜਾਵਾਂਗੇ ਆਪਾਂ ਬਾਜ਼ਾਰ ਦੇਖ ਕੇ ਆਵਾਂਗੇ। ਸਹੀ ਸਹੀ ਆ, ਆਪਣੇ ਭੈਣਾਂ ਭਰਾਵਾਂ ਨਾਲ ਵੀ ਸ਼ੇਅਰ ਕਰਾਂਗੇ, ਤੇ ਨਾਲੇ ਦੇਖ ਕੇ ਆਵਾਂਗੇ ਬਾਜ਼ਾਰ ਕਿੱਦਾਂ ਸਜਾਇਆ। ਰੇਹਾਨ ਕਹਿੰਦੇ ਸੀ ਅਸੀਂ ਨਾ ਆਹ ਲੜੀਆਂ ਜਿਹੜੀਆਂ ਅਸੀਂ ਸ਼ਾਦੀ 'ਤੇ ਲਾਏ ਸੀ ਉਹ ਪਈਆਂ ਵਾ, ਕਹਿੰਦੇ ਅਸੀਂ ਉਹ ਲਾਉਣੀਆਂ, ਅਤੇ ਮੁੜ ਕੇ ਮੈਂ ਕਿਹਾ ਅੱਜ ਦਾ ਦਿਨ ਆ, ਲਾ ਲੈਂਦੇ ਤਾਂ ਚੰਗੀ ਗੱਲ ਸੀ, ਨਹੀਂ ਲਾਈ ਹੁਣ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ। ਮੈਂ ਤਾਂ ਉਹਨੂੰ ਕਿਹਾ ਸੀ, ਕਹਿੰਦਾ ਸੀ ਕਿ ਭਾਈ ਨੂੰ ਲੈ ਕੇ ਆਵਾਂਗਾ ਤੇ ਫਿਰ ਲਾ ਲਵਾਂਗੇ। ਅੱਜ ਦਾ ਵਲੋਗ ਮੇਰਾ ਇਹ ਸੀ, ਅਗਰ ਮੇਰਾ ਵਲੋਗ ਪਸੰਦ ਆਇਆ ਹੋਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਜ਼ਰੂਰ ਕਰੇ। ਇਸੇ ਦੇ ਨਾਲ ਆਪਣੀ ਭੈਣ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।